ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਵੀਰ। ਅੱਜ ਫਿਰ ਲੱਗੇ ਹਾਂ ਸਪਰੇ ਕਰਨ, ਲੇਟ ਬਲਾਈਟ ਦੀ ਜਾਂਦੀ ਨਹੀਂ ਹੈਗੀ ਬਿਮਾਰੀ, ਕਿਉਂਕਿ ਟੈਂਪਰੇਚਰ ਇਹਨੂੰ ਪੂਰਾ ਸਹੀ ਮਿਲਿਆ ਹੋਇਆ। ਦਿਨ 'ਚ 20-21 ਟੈਂਪਰੇਚਰ ਹੁੰਦਾ, ਉਹ ਟੈਂਪਰੇਚਰ ਇਹਦੇ ਲਈ ਵਧੀਆ। ਮਤਲਬ ਇੱਕ ਤਾਂ ਮੀਂਹ ਬਹੁਤ ਪਿਆ ਹੋਇਆ ਸੀਗਾ, ਮੋਇਸਚਰ ਹੈਗਾ, ਇਹ ਖੇਤਾਂ 'ਤੇ ਕਸਰਤਾਂ ਅਸਰ ਬਹੁਤ ਜ਼ਿਆਦਾ, ਦੇਖੋ ਵੱਟਾਂ ਦੇਖਣ ਲਾਤੀ ਨਹੀਂ, ਥੋੜ੍ਹਾ ਜਿਹਾ ਵੇਲ ਵੀ ਮਾੜੀ ਹੁੰਦੀ ਆ ਅਤੇ ਬਿਮਾਰੀ ਵੀ ਇਹਨੂੰ ਜ਼ਿਆਦਾ। ਇਹ ਖੇਤਾਂ ਨੂੰ ਘੱਟ ਆ, ਉੱਪਰ ਆਹ LR ਬੀਜ ਆ ਗਿਆ, ਇਹਨੂੰ ਵੀ ਪੈਂਦੀ ਆ, ਪਰ ਚਲੋ ਬਚਾਈ ਹੋਈ ਆ, ਹਜੇ ਕੰਟਰੋਲ ਕਰਿਆ ਹੋਇਆ ਕੰਮ। ਉੱਪਰ ਫਿਰ ਪੁਖਰਾਜ ਆ, ਪੁਖਰਾਜ ਨੂੰ ਵੀ ਕਿਤੇ ਕਿਤੇ ਆ ਘੱਟ ਆ, ਅਤੇ ਚਿਪਸੋਨ 1 ਨੂੰ ਵੀ ਕਿਤੇ ਕਿਤੇ ਆ, ਪਰ ਆਹ ਵਰਾਇਟੀ ਨੂੰ ਬੜਾ ਹੱਥ ਲੈ ਕੇ ਲੱਤਾਂ ਇਹਨੂੰ ਜ਼ਿਆਦਾ। ਇਹਦੇ ਕਰਕੇ ਫਿਰ ਸਾਰਿਆਂ ਨੂੰ ਕਰਨੀ ਪੈਂਦੀ, ਕਿਉਂਕਿ ਇਹ ਤੋਂ ਫਿਰ ਗਾਂ ਗਾਂ ਵਧੀ ਜਾਂਦੀ ਆ। ਹੁਣ ਆਹ ਮੇਰੇ ਖਿਆਲ 'ਚ ਚੌਥੀ ਸਪਰੇ ਕਰਨ ਲੱਗੇ ਹਾਂ, ਤੀਜੀ ਇਨਫਿੰਟੋ ਦੀ ਆ, ਇਨਫਿੰਟੋ ਬਚਾ ਕੇ ਰੱਖਦੀ ਆ, ਬਾਕੀ ਜਿਹੜੀਆਂ ਵਿੱਚ ਮੈਕਸੀਮੇਟ ਮੁਕਸੀਮੇਟ ਹੋਰ ਇੱਕ ਐਂਟਰਾਗੋਲ ਕਰਤੀ ਸੀ ਕਿਲੋ ਕਿਲੋ, ਉਹ ਕੁਛ ਨਹੀਂ ਕਰਦੀਆਂ ਹੈਗੀਆਂ, ਉਹ ਤਾਂ ਇੱਕ ਦੋ ਦਿਨ ਕਢਾਉਣੀ ਆ ਬਸ ਅਸੀਂ, ਬਸ ਮੁੜ ਕੇ ਜ਼ਿਆਦਾ ਕੰਮ ਖਰਾਬ ਹੁੰਦਾ। ਅਤੇ ਬਾਕੀ ਆ ਉੱਪਰ ਆਲੂ ਦੇਖੋ ਐਨ ਹਰੇ ਪਏ ਨੇ, ਅਤੇ ਆਹ ਚੱਲਦਾ ਕੰਮ ਹੁਣ ਸਪਰੇ ਦਾ, ਪੰਪ ਲਿਆਂਦਾ, ਛਿੰਦਾ ਆ ਗਿਆ, ਕੱਢਦੇ ਛਿੰਦੇ ਮਾੜਾ ਪਾਣੀ ਟੱਪ ਗਿਆ ਤੇਰਾ, ਮੈਂ ਪੱਤੇ ਕੱਢਦੇ ਪਾਣੀ ਟੱਪ ਗਿਆ। ਅੱਛਾ ਫਿਰ ਪਿੱਛੇ ਦੇ ਵੀ ਆਈ ਜਾਂਦਾ ਨਾ, ਉਧਰ ਆਲੂਆਂ ਨੂੰ ਵੀ ਪੈ ਗਿਆ ਫਿਰ, ਹਜੇ ਤਾਂ ਬਹੁਤ ਪਾਣੀ ਆਉਂਦਾ, ਜਾਣਦੇ ਹਜੇ ਯਾਰ ਖਾਲ ਭਰ ਲਈ। ਅਤੇ ਆਹ ਦੇਖੋ ਪੁਖਰਾਜ, ਇਹ ਪੁਖਰਾਜ, ਹਾਂ ਹਾਂ ਇਹ ਤਾਂ ਹਜੇ ਛੋਟੇ ਆ, ਇਹ ਮਤਲਬ ਲੱਗੇ ਸੀਗੇ 26-27 ਅਕਤੂਬਰ ਨੂੰ, ਅਤੇ ਇਹ ਲੱਗੇ ਸੀਗੇ 14-15 ਨੂੰ ਅਕਤੂਬਰ, ਇਹ ਹੋ ਗਏ ਮਤਲਬ ਅੱਜ 60 ਦਿਨ ਦੇ। ਇਹ ਤਾਂ ਆਲੂ ਪੱਟਣ ਨੂੰ ਵੀ ਤਿਆਰ ਆ, ਪਰ ਇਹਨੂੰ ਬਿਮਾਰੀ ਵੀ ਹੈ ਨਹੀਂ, ਇਹਦਾ ਛੇਜਾ ਬਣਾ ਕੇ ਇਹਦਾ ਬੀਜ ਰੱਖਾਂਗੇ ਹੁਣ, ਕਿਉਂਕਿ ਬਿਮਾਰੀ ਰਹਿਤਾ। ਉਹ ਪਿੱਛੇ ਦੇਖਦੇ ਹਾਂ ਕਾਲੇ, ਤੁਹਾਨੂੰ ਦਿਖਾਉਣਾ ਉਹ ਵੀ ਆਲੂ, ਅਤੇ ਦਵਾਈ ਦਿਖਾਉਣਾ ਇਨਫਿੰਟੋ, ਅਤੇ ਨਾਲ ਪਾਈ ਆਪਾਂ ਨੇ ਆਹ ਜਿਹੜੀ ਸਟਿੱਕਰ ਇਨਫਿੰਟੋ ਪਾਈ ਆ, 0.5 ਲੀਟਰ ਕਿਲੇ ਦੀ ਪੈਂਦੀ ਆ ਇਹ, ਅਤੇ ਨਾਲ ਆ ਸਟਿੱਕਰ। ਪਾਣੀ ਭਰ ਲਈ ਖਾਲ, ਚਲੋ ਜੀ ਸਟਿੱਕਰ ਪਾ ਲਿਆ ਇਹਦੇ ਵਿੱਚ, ਅਤੇ ਲੱਗ ਦੋ ਘੋਲਾਂਗੇ ਅਫੜਾਈ ਸ਼ੀਸ਼ੀ ਇਨਫਿੰਟੋ ਵਾਲੀ ਜੀ ਦਵਾਈ, ਇਨਫਿੰਟੋ ਵਾਇਰ ਦੀ ਟੈਕਨੀਕਲ ਦੇਖ ਲਓ, ਇਹਦਾ ਫਲੁੱਪੀ ਕੋਲਾਈਡ 5.56W ਪ੍ਰੋਪਾ ਮੋਕਰੈਬ ਹਾਈਡਰੋਕਲੋਰਾਈਡ 55.6WSC ਪੈਸਟੀਸਾਈਡ ਫੋਰ ਐਗਰੀਕਲਚਰ ਯੂਸ ਓਨਲੀ 0.5 ਲੀਟਰ। ਬਾਕੀ ਥੋੜ੍ਹੇ ਮੋਟੇ ਹੋਰ ਹੁੰਦੇ ਵਿੱਚ, ਛੋਟੇ ਛੋਟੇ ਜਿਹਾ ਕੰਮ ਜਿਹਾ ਇਹਨਾਂ ਦਾ, ਆ ਲਿਖਿਆ ਹੋਇਆ ਪੂਰਾ ਸਿਸਟਮ ਜਿਹਾ, ਸੋਡੀਅਮ ਸਾਲਫਰ ਇਹ ਵੋ, ਅਤੇ ਇਹ ਹੈ ਵੈਸੇ ਇਕੱਲੀ ਲੇਟ ਬਲਾਈਟ ਵਾਸਤੇ ਹੀ ਆ, ਅਤੇ ਇੱਕ ਹੋਰ ਚੱਕਰ ਇਹਦਾ ਇਹ ਪ੍ਰੋਟੈਕਟੈਂਟ ਐਂਡ ਉਹਦੇ ਲਈ ਪੈਂਦੀ ਆ। ਚਲੋ ਠੀਕ ਹੈ ਜੀ, ਕਰਦੇ ਹਾਂ ਫਿਰ ਸਪਰੇ। ਲਓ ਜੀ ਲੰਗਰ ਵਾਲਾ ਲੱਗਿਆ, ਮੋਰ ਚੰਦ ਭਰਨ ਟਰਾਲਾ, ਇਹ ਲੰਗਰ ਲਈ ਜਾਣਾ ਜੀ ਗੰਨਾ, ਘੱਟੋ ਘੱਟ ਹੋ ਗਿਆ ਹੋਣਾ ਮੋਰ ਚੰਦ, 150 ਹੋ ਗਿਆ ਹੋਊਗਾ, ਫਿਰ ਤਾਂ 150 ਹੋਣਾ, ਨਹੀਂ ਹੁੰਦਾ ਕੰਡਾ ਤਾਂ ਕਰਾਉਣਾ ਹੀ ਆ। ਬਾ ਕੋਈ ਨਾ, ਕਹਿੰਦਾ 400 ਭਰੀ ਆ ਜੀ,
ਮੋਰਚੰਦ ਕਹਿੰਦਾ ਵੀ 150 ਤੇ ਉੱਪਰ ਹੋ ਜਾਊਗਾ, ਮੈਨੂੰ ਲੱਗਦਾ ਵੀ ਨਹੀਂ ਹੁੰਦਾ, ਬਾਕੀ ਦੇਖੋ। ਆ ਚਲੋ, ਸਨੀ ਕਹਿੰਦਾ ਵੀ 160 ਕੁਇੰਟਲ ਹੋਊਗਾ ਤੇਰਾ ਵੀ, ਤੂੰ ਤੈਂ ਵੀ ਕੋਈ ਦੇਣੀ ਹੈ ਪ੍ਰਤੀਕਿਰਿਆ? ਇਹਦਾ ਇਹ ਪਤਾ ਨਹੀਂ ਹੈਗਾ ਨਿਆਣਾ। ਬਾਕੀ 4 × 16 ਸਨੀ ਨੇ 4 × 16 ਹਿਸਾਬ ਨਾਲ ਲਾ ਲਿਆ, 40 ਕਿਲੋ ਭਰੀ ਨਹੀਂ ਹੋਣੀ, ਘੱਟ ਵੱਧ ਹੋਣੀ ਆ ਭਰੀ ਆ। ਬਾਕੀ ਲੱਗ ਗਿਆ ਮੋਰਚੰਦ ਲੱਦਣ। ਫੱਟਾ ਦਿਖਾ ਦਿੰਦੇ ਸਾਨੂੰ, ਗੇੜ ਲੱਗ ਗਿਆ, ਮੈਂ ਤੁਹਾਨੂੰ ਦੱਸ ਦੂੰ ਕਿੰਨਾ ਵਜਨ ਹੋ ਜਾਣਾ। ਲਓ ਜੀ ਫੱਟਾ ਪਿਆ ਵਿੱਚ ਆਪਣੇ ਵਾਲਾ 20 ਫੁੱਟ। ਅਰੇ ਜੁੰਮਸ ਬਹੁਤ ਆ, ਠੋਸ ਫੱਟਾ ਪੂਰਾ, 35-40 ਦੀ ਐਵਰੇਜ ਆ ਗਈ ਬਹੁਤ ਆ। ਬਾਕੀ ਨਾਲੇ ਠੀਕ ਆ, ਹੁਣ ਮੀਂਹ ਪਿਆ ਹੋਇਆ, ਖੇਤ ਵੀ ਗਿੱਲਾ, ਪਾਣੀ ਬਚਣ ਦਾ ਹੋਊਗਾ ਜੀ। ਚਲੋ ਦੇਖਦੇ ਹਾਂ, ਟਰਾਲਾ ਪਹਿਲਾਂ ਬੈਕ ਲਾ ਦਈਏ, ਉਹ ਉੱਥੇ ਸਿੱਧਾ ਪਿੱਛੋਂ ਮਾਲ ਭਰਦੇ ਲੈ ਕੇ ਆਵਾਂਗੇ।